ਵੀਹ ਬੰਦਿਆਂ ਨੂੰ ਨੋਈ ਥਿੰਕ ਦਾ ਸਾਡੀਆਂ ਵੀਹ ਬੰਦਿਆਂ ਦੀਆਂ ਵੋਟਾਂ ਨੂੰ ਮੌਤ ਨੂੰ ਕੱਟ ਕੇ ਇਹ ਕੀ ਚੱਕਰ ਲਿਆ ਇਹ ਦੱਸੋ ਨਾ ਇਹ ਕੀ ਚੱਕਰ ਆ ਕਿਦਾਂ ਨੌ ਬੰਦੇ ਨੌ ਆਟੇ ਕਿਦਾਂ ਜਾ ਸਕਦੇ ਨਾ ਇਹ ਭਾਵੇਂ ਵੀਡੀਓ ਸਾਹਿਬ ਬੜਾ ਘੋਲ ਜਾਂਦਾ ਜਿਹੜਾ ਤੁਸੀਂ ਕੰਮ ਕਰਦੇ ਇਹ ਤੁਸੀਂ ਆਪਣਾ ਆਪਣਾ ਤੁਸੀਂ ਹੋਣਾ ਹੈ ਕਿਸਾਨਾਂ ਦੇ ਵੱਲੋਂ ਇਸ ਬੀਡੀਪੀਓ ਨੂੰ ਘੇਰਿਆ ਗਿਆ ਜਿੱਥੇ ਉਸ ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਵੀ ਲੱਗੇ ਨੇ ਤਾਂ ਇੱਕ ਸਰਪੰਚ ਦੇ ਉਮੀਦਵਾਰ ਨੇ ਇਹ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਕਿ ਲਿਸਟ ਦੇ ਵਿੱਚ ਮਰੇ ਹੋਇਆਂ ਨੂੰ ਜਿਉਂਦਾ ਅਤੇ ਜਿਉਂਦਿਆਂ ਨੂੰ ਮਰਿਆ ਕਰ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਤਿੱਖੀ ਬਹਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਪੂਰਾ ਮਾਮਲਾ ਬਿਆਸ ਤੋਂ ਸਾਹਮਣੇ ਆਇਆ ਜਿੱਥੇ ਕਿਸਾਨਾਂ ਦੇ ਵੱਲੋਂ ਇਸ ਬੀਡੀਪੀਓ ਨੂੰ ਘੇਰ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਤਾਂ ਦੱਸ ਦਈਏ ਕਿ ਇਸ ਬੀਡੀਪੀਓ ਤੇ ਇਹ ਇਲਜ਼ਾਮ ਲੱਗੇ ਨੇ ਕਿ ਇਹ ਸੱਤਾ ਧਿਰ ਦਾ ਪੱਖ ਪੂਰ ਰਿਹਾ ਤਾਂ ਇਸ ਦੇ ਵੱਲੋਂ ਕਈ ਵੋਟਾਂ ਕੱਟੀਆਂ ਗਈਆਂ ਨੇ ਜਦਕਿ ਕਈ ਮਰੇ ਹੋਏ ਲੋਕਾਂ ਦੀਆਂ ਵੋਟਾਂ ਬਣਾਈਆਂ ਗਈਆਂ ਨੇ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਮੌਕੇ ਤੇ ਇਸ ਬੀਡੀਪੀਓ ਨੂੰ ਘੇਰ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਤਾਂ ਤਸਵੀਰਾਂ ਵੇਖ ਸਕਦੇ ਹੋ ਇਹ ਬਿਆਸ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਰਪੰਚੀ ਚੋਣਾਂ ਨੂੰ ਲੈ ਕੇ ਪੂਰਾ ਮਾਮਲਾ ਭਖਿਆ ਹੋਇਆ ਤਾਂ ਇਹ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਮਰੇ ਹੋਇਆਂ ਨੂੰ ਜਿਉਂਦਾ ਅਤੇ ਜਿਉਂਦਿਆਂ ਨੂੰ ਮਰਿਆ ਹੋਇਆ ਵਿਖਾਇਆ ਗਿਆ ਜਿਸ ਦੇ ਨਾਲ ਕਈ ਵੋਟਾਂ ਕੱਟੀਆਂ ਗਈਆਂ ਨੇ ਤਾਂ ਇਹਨਾਂ ਕਿਸਾਨਾਂ ਦੇ ਵੱਲੋਂ ਇਸ ਬੀਡੀਪੀਓ ਨੂੰ ਘੇਰਿਆ ਗਿਆ ਤੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਤਾਂ ਇਹ ਮੌਕੇ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆ ਰਹੀਆਂ ਨੇ ਰੱਖੋ ਰੱਖੋ
ਨਹੀਂ ਨਾ ਕਰਨੀ ਚੰਡੀ ਵਾਲਿਆਂ।